फोटो का धंधा तू बात ना अंदर अजायब तक ਸੋ ਮੈਂ ਸਮਝਦਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਸ਼੍ਰੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਜਿੱਥੇ ਆਪਣੇ ਪਾਵਨ ਪਵਿੱਤਰ ਚਰਨ ਪਏ ਨੇ ਦੁੱਖ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਿੱਖ ਅਜਾਇਬ ਘਰ ਦੀ ਜਿਹੜੀ ਹੈ ਆਰੰਭਤਾ ਕੀਤੀ ਗਈ ਹੈ। ਸੋ ਜਿਨ੍ਹਾਂ ਦਾਨੀ ਪੁਰਸ਼ਾਂ ਨੇ ਔਰ ਇਹਦੀ ਸੇਵਾ ਕਰਵਾਈ ਹੈ ਅਤੇ ਮੈਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਸਤਿਗੁਰੂ ਮਹਾਰਾਜ ਨੇ ਆਪ ਮਿਹਰ ਕਰਕੇ ਇਹ ਸਿੱਖ ਅਜਾਇਬ ਘਰ ਦੀ ਸੇਵਾ ਕਰਵਾਈ ਹੈ, ਕਿਉਂਕਿ ਮੈਂ ਸਮਝਦਾ ਕਿ ਐਸੇ ਸਿੱਖ ਅਜਾਇਬ ਘਰਾਂ ਦੇ ਵਿੱਚੋਂ ਹੀ ਸਾਨੂੰ ਸਿੱਖ ਇਤਿਹਾਸ ਬਾਰੇ ਜਿਹੜੀ ਸੰਖੇਪ ਜਾਣਕਾਰੀ ਮਿਲਦੀ ਹੈ। ਸਾਡੀ ਆਉਣ ਵਾਲੀ ਜਨਰੇਸ਼ਨ ਨੂੰ, ਨੌਜਵਾਨਾਂ ਨੂੰ ਬਹੁਤ ਇਹ ਸਿੱਖ ਅਜਾਇਬ ਘਰ ਤੋਂ ਲਾਭ ਪ੍ਰਾਪਤ ਹੋਵੇਗਾ, ਤਾਂ ਕਿ ਸਾਡੇ ਸਿੱਖ ਇਤਿਹਾਸ ਬਾਰੇ, ਸਿੱਖ ਗੁਰੂਆਂ ਬਾਰੇ, ਸਿੱਖ ਯੋਧਿਆਂ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੇਗੀ। ਔਰ ਦੂਸਰਾ ਨਿਸ਼ਾਨ ਸਾਹਿਬ ਦੀ ਅੱਜ ਇੱਥੇ ਸੇਵਾ ਹੋਈ ਹੈ, ਉਹ ਵੀ ਦਾਨੀ ਸਿੰਘਾਂ ਤੋਂ ਕਰਵਾਈ ਹੈ। ਸੋ ਇਸ ਸ਼ੁਭ ਮੌਕੇ 'ਤੇ ਮੈਂ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਦੇਖੋ ਜਗ੍ਹਾ ਜੀ ਥੋੜ੍ਹੀ ਦੇਖ ਲਵਾਂਗੇ, ਕੋਸ਼ਿਸ਼ ਕਰਾਂਗੇ ਜੇ ਕੋਈ ਵੱਧ ਹੋ ਸਕਦੀ ਹੋਈ। ਪ੍ਰਧਾਨ ਜੀ 523 ਵਾਲੇ ਮਾਮਲੇ ਦਾ ਕਿੱਥੇ ਤੱਕ ਪਹੁੰਚਿਆ? ਕਿਉਂਕਿ ਜਿੰਨਾ ਕੁ ਅਰੇਂਜਮੈਂਟ ਹੋਇਆ ਮੌਕੇ 'ਤੇ ਸਾਰਾ ਉਹਨਾਂ ਕੀਤਾ ਗਿਆ। ਜੇ ਲੋੜ ਪੈਣ 'ਤੇ ਵੱਧ ਜਾਂਦੀ ਹੈ। 523 ਵਾਲਾ ਮਾਮਲਾ ਕਿੱਥੇ ਤੱਕ ਪਹੁੰਚ ਗਿਆ? ਮੁਲਾਜ਼ਮ ਕੱਢੇ ਗਏ ਸੀ 523, ਉਹ ਕਿੱਥੇ ਤੱਕ ਪਹੁੰਚ ਗਿਆ? ਦੇਖੋ ਅਜੇ ਕੇਸ ਜਿਹੜਾ ਉਹ ਕੋਰਟ 'ਚ ਚੱਲ ਰਿਹਾ, ਦੇਖੋ ਉੱਥੇ ਜੋ ਫੈਸਲਾ ਹੁੰਦਾ।